ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਹੀ ਪੁੱਛਣਾ ਚਾਹੂੰਗੀ ਕਿ ਵੌਇਸ ਆਫ ਪੰਜਾਬ ਛੋਟਾ ਚੰਮਦੇਵ ਵਿਨਰ ਬਣਨ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਕੀ ਕੀਤਾ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਮੈਂ ਕਦੇ ਸੋਚਿਆ ਨਹੀਂ ਸੀਗਾ ਨਾ ਤੇ ਜਿਵੇਂ ਮੈਂ ਕਿਤੇ ਬਾਹਰ ਜਾਂਦੀ ਆ ਤਾਂ ਸਾਰੇ ਮੈਨੂੰ ਜਾਣਦੇ ਨੇ ਮੇਰੇ ਨਾਲ ਫੋਟੋਜ਼ ਵੀ ਲੈਂਦੇ ਆ ਮੇਰੇ ਮਮਾ ਪਾਪਾ ਨੇ ਪੁੱਛਦੇ ਆ ਕਿ ਸ਼ਿਤਾ ਤੁਹਾਡੀ ਬੇਟੀ ਆ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਏ ਤੇ ਹੋ ਨਹੀਂ ਸਕਦਾ ਕਿ ਤੁਸੀਂ ਵੌਇਸ ਆਫ ਪੰਜਾਬ ਛੋਟਾ ਚੈਮ ਦੇ ਵਿੱਚ ਆਏ ਹੋ ਤੇ ਤੁਹਾਡੀ ਕੋਈ ਬਿਹਤਰੀਨ ਜੀ ਮੈਮਰੀ ਨਾ ਬਣੀ ਹੋਈ ਡੈਫੀਨੇਟਲੀ ਆਫ ਸਕਰੀਨ ਵੀ ਬਹੁਤ سارے ਫਰੈਂਡਸ ਬੰਦੇ ਨੇ ਬਹੁਤ ساری ਮਸਤੀ 뮤직 ਮਾਹੌਲ ਹੁੰਦਾ ਹੈ ਉਹਦੇ ਬਾਰੇ ਕੁਝ ਸ਼ੇਅਰ ਕਰੋ ਜੀ ਹਾਂ ਜੀ ਸਚਿਨ ਸਰ ਨੇ ਜਦ ਮੈਨੂੰ ਕਿਹਾ ਕਿ ਸ਼ਿਤਾ ਮੈਂ ਤੈਨੂੰ ਹੱਗ ਕਰਨਾ ਚਾਹੁੰਨਾ ਉਹ ਮੈਨੂੰ ਬਹੁਤ ਵਧੀਆ ਲੱਗਿਆ ਤੁਸੀਂ ਜੇ ਗੱਲ ਕਰੀਏ ਵੌਇਸ ਆਫ ਪੰਜਾਬ ਛੋਟਾ ਚੈਂਪ ਦੀ ਤਾਂ ਸਿਟੀ ਆਡੀਸ਼ਨ ਤੋਂ ਬਾਅਦ ਮੈਗਾ ਆਡੀਸ਼ਨਸ ਫਿਰ ਸਟੂਡੀਓ ਰਾਉਂਡਜ਼ ਦੇ ਮੁਕਾਬਲੇ ਫਿਰ ਉਹਨਾਂ ਸਭ ਨੂੰ ਪਾਰ ਕਰਕੇ ਬੰਦਾ ਵਿਨਰ ਬੰਦਾ ਉਸ ਸੀਜ਼ਨ ਦਾ ਕੀ ਕਹਿਣਾ ਚਾਹੋਗੇ ਜਰਨੀ ਤੁਹਾਡੀ ਕਿਵੇਂ ਦੀ ਸੀ ਮੇਰੀ ਵੌਇਸ ਆਫ ਪੰਜਾਬ ਦੀ ਜਰਨੀ ਬਹੁਤ ਹੀ ਜ਼ਿਆਦਾ ਵਧੀਆ ਰਹੀ ਉੱਥੇ ਕਾਫੀ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਕਿ ਕਿਟੂ ਸਰ ਸਿਖਾਉਂਦੇ ਸੀ ਹਨਾ ਤੇ ਅਸੀਂ ਕੋਈ ਗਲਤੀ ਕਰਦੇ ਸਾਨੂੰ ਦੱਸਦੇ ਸੀ ਵੀ ਤੁਸੀਂ ਇੱਥੇ ਗਲਤ ਹੋ ਤੇ ਕਾਫੀ ਸਾਰੇ ਫਰੈਂਡਸ ਵੀ ਬਣੇ ਅੱਛਾ ਹੁਣ ਇਹ ਤੇ ਹੋ ਨਹੀਂ ਸਕਦਾ ਕਿ ਇਸ ਪੂਰੀ ਜਰਨੀ ਦੀ ਅਸੀਂ ਗੱਲ ਕਰੀਏ ਤੇ ਜੱਜਸ ਦੇ ਬਾਰੇ ਗੱਲ ਨਾ ਕਰੀਏ ਹੁਣ ਸੱਚੀ ਸੱਚੀ ਦੱਸੋ ਤੁਹਾਡੇ ਫੇਵਰਿਟ ਜੱਜ ਕੌਣ ਸੀ ਤੁਹਾਡੇ ਸੀਜ਼ਨ ਦੇ ਤੇ ਨਾਲ ਇਹ ਵੀ ਦੱਸਿਓ ਸੱਚੀ ਕਿ ਡਰ ਕਿੰਨਾ ਤੋਂ ਲੱਗਦਾ ਸੀ ਸਭ ਤੋਂ ਜ਼ਿਆਦਾ ਮੇਰੀ ਫੇਵਰਿਟ ਸਚਿਨ ਸਰ ਸੀਗੇ ਡਰ ਤਾਂ ਮੈਨੂੰ ਕਦੇ ਵੀ ਨਹੀਂ ਲੱਗਿਆ ਹਮੇਸ਼ਾ ਇਦਾਂ ਹੀ ਹੁੰਦਾ ਸੀ ਕਿ ਅੰਦਰ ਜਾ ਕੇ ਵਧੀਆ-ਵਧੀਆ ਗਾਣਾ ਆਪਣਾ 100% ਦੇਣਾ ਬਸ ਇਦਾਂ ਹੁੰਦਾ ਸੀ ਕਿ ਗਾਣ ਵੇਲੇ ਕਿਤੇ ਮੈਂ ਭੁੱਲ ਨਾ ਜਾਵਾਂ ਬਸ ਇਹ ਥੋੜ੍ਹਾ ਡਰਿਆ ਜਾਂਦਾ ਸੀ अच्छा ਤੁਹਾਡੇ ਮੈਂਟੋਸ ਤੁਹਾਨੂੰ ਬਹੁਤ ਵਧੀਆ ਪਾਲਿਸ਼ ਕਰਦੇ ਨੇ ਤਾਂ ਹੀ ਤੁਸੀਂ ਉਸ ਪਾਰਟिकुलर ਸੀਜ਼ਨ ਦੇ ਜੀਨਰ ਬਣਦੇ ਹੋ ਪਰ ਰਿਹਰਸਲਸ ਵਾਲਾ ਮਾਹੌਲ ਵੀ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਕਿਵੇਂ ਦਾ ਹੁੰਦਾ ਸੀ ਸਰ ਸਟ੍ਰਿਕਟ ਸੀਗੇ ਜਾਂ ਫਿਰ ਪਿਆਰ ਨਾਲ ਸਮਝਾਉਂਦੇ ਸੀ ਉਹਦੇ ਬਾਰੇ ਵੀ ਕੁਝ ਦੱਸੋ ਬਹੁਤ ਵਧੀਆ ਮਾਹੌਲ ਸੀ ਜਿਵੇਂ ਕਿ ਮੈਂ ਦੱਸਿਆ ਕਿਟੂ ਸਰ ਹਨਾ ਜੇ ਅਸੀਂ ਕਿਤੇ ਗਲਤੀ ਕਰਦੇ ਸੀ ਸਾਨੂੰ ਦੱਸਦੇ ਸੀਗੇ ਉਹ अच्छा जी इस पूरी जर्नी ਦੇ ਵਿੱਚ ਤੁਸੀਂ ਇੰਨਾ ਵਧੀਆ ਇੰਨਾ ਬਿਹਤਰੀਨ ਪਰਫਾਰਮ ਕੀਤਾ ਪਰ ਤੁਹਾਡਾ ਫੇਵਰਿਟ Song ਕਿਹੜਾ ਸੀ ਇਸ ਪੂਰੀ ਜਰਨੀ ਦੇ ਵਿੱਚ ਜੋ ਤੁਸੀਂ ਗਾਇਆ ਹੋਏ ਸਟੇਜ ਤੇ ਤੇਰੇ ਅੱਖਾਂ ਵਾਲਾ ਵਿੱਚ ਮਾਈਂਡ ਰਹਿੰਦਾ ਸਾਰਾ ਦਿਨ ਤੇਰੇ ਅੱਖਾਂ ਵਾਲਾ ਵਿੱਚ ਮਾਈਂਡ ਰਹਿੰਦਾ ਸਾਰਾ ਦਿਨ ਇਸ਼ਕ ਚ ਹੋਏ ਬੁਰੇ ਹੋ ਵੇ ਰਾਂਜਿਆ ਇਸ਼ਕ ਚ ਹੋਏ ਬੁਰੇ ਹੋ ਅਲ੍ਹਾ ਦੀ ਖੁਦਾਈ ਜੈਸਾ ਮੈਨੂੰ ਮੇਰੇ ਆਰ ਹੈ ਦਸ ਦਿਨ ਦੁਨੀਆ ਨੂੰ ਤੇਰੇ ਨਾਲ ਪਿਆਰ ਵਸਦਾਓ ਮੇਰੇ ਸਾਵੇਂ ਜਚਦਾਓ ਮੇਰੇ ਲਵੇ ਮੋਲਾ ਮੇਰੇ ਕੀ ਤਾ ਤੂ ਕਮਾ ਲਈ ਹਰੇ ਸਾਡੇ ਇਸ਼ਕ ਚ ਹੋਏ ਬੁਰੇ ਹੌਂ ਤੇਰੇ ਅੱਖਿਆ ਸਾਰਾ ਤੇਰੇ ਅੱਖਾਂ ਵਾਲਾ ਵਿੱਚ ਮਾਈਂਡ ਰਹਿੰਦਾ ਸਾਰਾ ਦਿਨ ਇਸ਼ਕ ਚ ਹੋਏ ਬੁਰੇ ਹੋਏ ਵੇ ਰਾਜਾ ਇਸ਼ਕ ਚ ਹੋਏ 올라이ਟ ਤੇ ਹੁਣ ਲਾਸਟ ਐਵਿਟ ਮੈਂ ਜਾਣਨਾ ਚਾਹੂੰਗੀ ਕਿ ਵੌਇਸ ਆਫ ਪੰਜਾਬ ਛੋੜਾ ਚੈਂਪ ਸੀਜ਼ਨ 8 ਦੇ ਵਿੱਚ ਜਿਹੜੇ ਪਾਰਟਿਸਪੈਂਟ ਜਿਹੜੇ ਕੰਟੈਸਟੈਂਟ ਇੱਥੇ ਪਹੁੰਚੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਜਾਂ ਫਿਰ ਉਹਨਾਂ ਲਈ ਕੋਈ ਸਪੈਸ਼ਲ ਟਿਪ ਹੈ ਜਿਹੜੀ ਤੁਸੀਂ ਸ਼ੇਅਰ ਕਰਨਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗੀ ਕਿ ਬਿਲਕੁਲ ਵੀ ਡਰਨਾ ਨਹੀਂ ਹੈਗਾ ਘਬਰਾਉਣਾ ਨਹੀਂ ਜਜਿਸ ਦੇ ਮੂਰੇ ਸਭ ਨੇ ਵਧੀਆ ਵਧੀਆ ਪਰਫਾਰਮ ਕਰਨਾ ਬਹੁਤ ਮਿਹਨਤ ਕਰਨੀਆ ਬੈਸਟ ਆਫ ਲੱਕ ਸਾਰਿਆਂ ਨੂੰ